ਸਾਨੂੰ ਸਰ ਜਿਹੜੀਆਂ ਕੰਪਨੀਆਂ ਪ੍ਰਾਈਵੇਟ ਹੈ ਬਹੁਤ ਜ਼ਿਆਦੀਆਂ ਤੰਗ ਕਰ ਰਹੀਆਂ ਵਾ ਕਿਉਂਕਿ ਇਹਨਾਂ ਦਾ ਜਦੋਂ ਪਿੱਛੇ ਕੰਟੈਕਟ ਹੁੰਦਾ ਵਾ ਤੇ ਸਾਨੂੰ ਬੰਦਿਆਂ ਨੂੰ ਜਦੋਂ ਰੱਖਿਆ ਜਾਂਦਾ ਵਾ ਤੇ ਸਾਨੂੰ ਪਤਾ ਵਾ ਪਰ ਸਾਨੂੰ ਇਹ ਦੱਸਦੇ ਨਹੀਂ ਆ ਨਾ ਕੋਈ ਸਾਨੂੰ ਇਹ ਪੇ ਸਲਿੱਪ ਦਿੰਦੇ ਆ ਨਾ ਕੋਈ ਸਾਡਾ ਮਤਲਬ ਕੋਈ ਸਿਰਫ ਸਾਡੀ ਹੁਣ ਜਿਹੜੇ ਸਿਕਿਉਰਿਟੀ ਗਾਰਡ ਵਿਦਾਊਟ ਵੈਪਨ ਤੋਂ ਆ ਉਹਨਾਂ ਨੂੰ ਸਿਰਫ 7000 ਕਿਸੇ ਨੂੰ 8000 ਕਿਸੇ ਨੂੰ 8200 ਰੁਪਈਆ ਤੇ ਜਿਹੜੇ ਆਈ ਦਾ ਗਨਮੈਨ ਆ ਉਹਨਾਂ ਨੂੰ ਤਨਖਾਹ ਜਿਹੜੀ ਆ ਉਹ 15000 ਤੋਂ ਉੱਪਰ ਉੱਪਰ ਹੀ ਜਿਹੜੀ ਉਹ ਮਿਲਦੀ ਆ ज़्यादा सर चैलेंज आ तुहानू पता ही है तुसीं वेंदे हो टीमें दे उत्ते किन्ना जिहड़ा लुट खोह दा मसला किन्ना चल रहा सब तो पहला टारगेट जिहड़ा आण के बंदा वह करता वा सिक्योरिटी गार्ड नूं ही करता गनमैन नूं ही करता फिर वह अगे जांदा चलो पहला मेरी बेनती है कि जिहड़े आह बेचारे कि कोई 10 साल तो कोई 15 साल तो कोई 6 साल तो 5 साल तो कर रहे हैं इन्हां दी तां तनखाह पूरी कर लो पता नहीं सरकार क्यों नहीं अगे आण के ते इह कंपनियां जिहड़ियां इन्हां दे उत्ते सकंजा कसदी ਸਾਡੀ ਕੰਪਨੀ CISB ਕੰਪਨੀ ਆ ਸਰ ਮੈਨੂੰ 9 ਸਾਲ ਹੋ ਗਏ ਡਿਊਟੀ ਕਰਦੇ ਉੱਥੇ ਤੇ ਅੱਜ ਤੱਕ ਉਹਨਾਂ ਨੇ ਤਨਖਾਹ ਸਾਡੀ ਪਹਿਲਾਂ 9000 ਸੀ ਉਹ ਹੁਣ ਕੱਟ ਕਟਾ ਕੇ ਉਹਨੇ ਫਿਰ 8200 ਕਰਤੀ ਆ ਜਿਹੜਾ ਪਿੱਛੋਂ ਕੰਟੈਕਟ ਸਾਡਾ ਉਹਨਾਂ ਦਾ ਉਹਨਾਂ ਹੀ ਆ ਸੁਰੱਖਿਆ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ ਤਾਂ ਲੋਕਾਂ ਨੂੰ ਸੁਰੱਖਿਆ ਦੇਣ ਵਾਲੇ ਖੁਦ ਹੀ ਸੁਰੱਖਿਅਤ ਨਹੀਂ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੱਜ ਪ੍ਰਾਈਵੇਟ ਸਿਕਿਉਰਿਟੀ ਗਾਰਡ ਸਨਾਂ ਦੀ ਜਿਹੜੇ ਕਿ ਅਕਸਰ ਜਿਹੜੇ ਨੇ ਦੁਕਾਨਾਂ 'ਤੇ ਵੱਡੇ ਵੱਡੇ ਸ਼ੋਰੂਮਸ ਦੇ ਉੱਤੇ ਜਾਂ ਕਈ ਵੱਡੇ ਸਰਕਾਰੀ ਅਦਾਰਿਆਂ 'ਚ ਜਾਂ ਕਈ ਨਿੱਜੀ ਅਦਾਰਿਆਂ 'ਚ ਨੌਕਰੀ ਕਰਕੇ ਸੁਰੱਖਿਆ ਪ੍ਰਦਾਨ ਕਰਨ ਦਾ ਗੱਲ ਕਰਦੇ ਨੇ ਲੇਕਿਨ ਆਰਥਿਕ ਤੌਰ 'ਤੇ ਉਹ ਖੁਦ ਹੀ ਅਸੁਰੱਖਿਅਤ ਨੇ ਅਤੇ ਤਸਵੀਰਾਂ ਤੁਹਾਨੂੰ ਅੱਜ ਅਸੀਂ ਸਾਂਝੀਆਂ ਕਰ ਰਹੇ ਹਾਂ ਉਹਨਾਂ ਸਿਕਿਉਰਿਟੀ ਗਾਰਡਸ ਦੀਆਂ ਨੇ ਜਿਹੜੇ ਕਿ ਅੱਜ ਇੱਕ ਮੰਚ 'ਤੇ ਇਕੱਠੇ ਹੋਏ ਨੇ ਤਾਂ ਅੱਜ ਅਸੀਂ ਜਾਣਾਂਗੇ ਕਿ ਆਖਿਰਕਾਰ ਇਹਨਾਂ ਦਾ ਕੀ ਸਮੱਸਿਆ ਲੋਕਾਂ ਨੂੰ ਸੁਰੱਖਿਆ ਤੁਸੀਂ ਦਿੰਦੇ ਹੋ ਭਾਈ ਸਾਹਿਬ ਪਰ ਕਾਰਨ ਕੀ ਹੈ ਕਿ ਤੁਸੀਂ ਅੱਜ ਖੁਦ ਇੱਥੇ ਇਕੱਠੇ ਹੋ ਕੇ ਮੰਗ ਕਰ ਰਹੇ ਹੋ ਕੀ ਕਹਿਣਾ ਤੁਹਾਡਾ ਕਾਰਨ ਸਰ ਸਾਡਾ ਇਹ ਆ ਕਿ ਸਭ ਤੋਂ ਪਹਿਲਾਂ ਨੇ ਤੁਹਾਡਾ ਇੱਥੇ ਆਉਣ ਦਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਡੀ ਇਹ ਆਵਾਜ਼ ਨੂੰ ਤੁਹਾਡੀ ਆਵਾਜ਼ ਨੂੰ ਚੁੱਕ ਰਿਹਾ ਤੁਸੀਂ ਬੁਲਾਇਆ ਤੁਸੀਂ ਆਏ ਨਹੀਂ ਫਿਰ ਵੀ ਸਰ ਤੁਹਾਡਾ ਬਹੁਤ ਰੋਲ ਆ ਜੀ ਅਤੇ ਬਾਕੀ ਸਾਡੀਆਂ ਕਾਫੀ ਚਿਰ ਤੋਂ ਇਹ ਮੰਗਾਂ ਜਿਹੜੀਆਂ ਇਹ ਲਟਕਦੀਆਂ ਇਹ ਉਸ ਤੋਂ ਬਾਅਦ ਇਹ ਹੈ ਕਿ ਸਾਡੇ ਪਹਿਲਾ ਸਵਾਲ ਹੈ ਮੇਰਾ ਕਿ ਤੁਹਾਨੂੰ ਤਨਖਾਹ ਕਿੰਨੀ ਮਿਲਦੀ ਹੈ ਅਤੇ ਕੀ ਸਾਨੂੰ ਸਰ ਜਿਹੜੀਆਂ ਕੰਪਨੀਆਂ ਪ੍ਰਾਈਵੇਟ ਹੈ ਬਹੁਤ ਜ਼ਿਆਦੀਆਂ ਤੰਗ ਕਰ ਰਹੀਆਂ ਵਾ ਕਿਉਂਕਿ ਇਹਨਾਂ ਦਾ ਜਦੋਂ ਪਿੱਛੇ ਕੰਟੈਕਟ ਹੁੰਦਾ ਵਾ ਤੇ ਸਾਨੂੰ ਬੰਦਿਆਂ ਨੂੰ ਜਦੋਂ ਰੱਖਿਆ ਜਾਂਦਾ ਵਾ ਤੇ ਸਾਨੂੰ ਪਤਾ ਵਾ ਪਰ ਸਾਨੂੰ ਇਹ ਦੱਸਦੇ ਨਹੀਂ ਆ ਨਾ ਕੋਈ ਸਾਨੂੰ ਇਹ ਪੇ ਸਲਿੱਪ ਦਿੰਦੇ ਆ ਨਾ ਕੋਈ ਸਾਡਾ ਮਤਲਬ ਕੋਈ ਸਿਰਫ ਸਾਡੀ ਹੁਣ ਜਿਹੜੇ ਸਿਕਿਉਰਿਟੀ ਗਾਰਡ ਵਿਦਾਊਟ ਵੈਪਨ ਤੋਂ ਆ ਉਹਨਾਂ ਨੂੰ ਸਿਰਫ 7000 ਕਿਸੇ ਨੂੰ 8000 ਕਿਸੇ ਨੂੰ 8200 ਰੁਪਈਆ ਤੇ ਜਿਹੜੇ ਆਈ ਦਾ ਗਨਮੈਨ ਆ ਉਹਨਾਂ ਨੂੰ ਤਨਖਾਹ ਜਿਹੜੀ ਆ ਉਹ 15000 ਤੋਂ ਉੱਪਰ ਉੱਪਰ ਹੀ ਜਿਹੜੀ ਉਹ ਮਿਲਦੀ ਆ ਤੇ ਜਿਹੜੇ ਪਿੱਛੋਂ ਇਹਨਾਂ ਨੂੰ ਕੰਪਨੀਆਂ ਜਿਹੜੀਆਂ ਬੈਂਕ ਦਿੰਦੇ ਆ ਉਹ ਸਾਨੂੰ ਨਹੀਂ ਇਹ ਦੱਸਦੇ ਕਿੰਨਾ ਪੈਸਾ ਇਹਨਾਂ ਨੂੰ ਪਿੱਛੋਂ ਮਿਲਦਾ ਤੇ ਸਾਨੂੰ ਹੁਣ ਪਤਾ ਲੱਗਾ ਵਾ ਕਿ DC ਰੇਟ ਜੋ ਚੱਲਣ ਡੇ ਆ ਇੱਕ ਜਿਹੜਾ ਵੈਪਨ ਅਧਿਕਾਰੀ ਆ ਉਹਨੂੰ 30000 ਤੋਂ ਲੈ ਕੇ 31000 ਰੁਪਈਆ ਪਿੱਛੋਂ ਪੇਮੈਂਟ ਆਉਂਦੀ ਆ ਤੇ ਦਿੱਤੀ ਉਹਨੂੰ ਜਾ ਰਹੀ ਆ 12000 13000 ਹੱਦ 15000 ਤੇ ਜਿਹੜੇ ਆਪਣੇ ਸਿਕਿਉਰਿਟੀ ਗਾਰਡ ਨੇ ਇਹਨਾਂ ਨੂੰ ਜਿਹੜੇ ਵਿਦਾਊਟ ਵੈਪਨ ਤੋਂ ਆ ਇਹ ਮੰਨ ਕੇ ਚੱਲੋ ਮਾਹੌਲ ਦੇ ਵਿੱਚ ਡਿਊਟੀ ਕਰਦੇ ਆ ਜਾਂ ਬੈਂਕਾਂ 'ਚ ਡਿਊਟੀ ਕਰਦੇ ਆ 12-12 ਘੰਟੇ ਇਹਨਾਂ ਦੀ ਡਿਊਟੀ ਹੁੰਦੀ ਆ ਅਤੇ ਜਿਹੜੀ ਇਹਨਾਂ ਨੂੰ ਪੇਮੈਂਟ ਆ 12 ਘੰਟੇ ਡਿਊਟੀ ਲੈ ਕੇ ਵੀ ਉਹ 8000 8200 10000 ਤੋਂ ਉੱਪਰ ਕਿਸੇ ਨੂੰ ਨਹੀਂ ਔਰ ਨਾ ਹੀ ਇਹਨਾਂ ਦਾ ਕੋਈ ਮੈਡੀਕਲ ਇੰਸ਼ੋਰੈਂਸ ਇਹਨਾਂ ਦੀ ਹੋਈ ਆ ਨਾ ਹੀ ਕੋਈ ਦਿੱਤੀ ਅਤੇ DC ਰੇਟ ਜਿਹੜਾ ਕਹਿੰਦਾ ਉਹ 18164 ਰੁਪਏ ਜਿਹੜੀ ਆ ਇੱਕ ਸਿਕਿਉਰਿਟੀ ਗਾਰਡ ਦੀ ਪੇ ਆ ਔਰ ਜਿਹੜਾ ਗਨਮੈਨ ਆ ਉਹਦੀ ਜਿਹੜੀ ਤਨਖਾਹ ਵਾ ਤੇ 30179 ਰੁਪਏ ਆ ਅਤੇ ਜਿਹੜੀ ਗਨਮੈਨ ਨੂੰ ਪੇ ਮਿਲ ਰਹੀ ਆ ਇਸ ਟਾਈਮ 15000 ਤੋਂ ਥੱਲੇ ਥੱਲੇ ਮਿਲ ਰਹੀ ਆ ਅਤੇ ਜਿਹੜੇ ਸਿਕਿਉਰਿਟੀ ਗਾਰਡ ਵੀਰ ਆ ਉਹਨਾਂ ਨੂੰ ਸਿਰਫ ਤੇ ਸਿਰਫ ਕਿਸੇ ਨੂੰ 7500 ਰੁਪਈਆ ਕਿਸੇ ਨੂੰ 8000 8200 10000 ਤੋਂ ਉੱਪਰ ਕਿਸੇ ਨੂੰ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਵੀ ਤੁਹਾਨੂੰ ਵੋਟਾਂ ਪਾ ਕੇ ਅਸੀਂ ਵੀ ਅਧਿਕਾਰ ਜਿਹੜਾ ਇਹ ਤੁਹਾਨੂੰ ਦਿੱਤਾ ਇਕੱਲੇ ਇਕੱਲੇ ਬੰਦੇ ਨੇ ਵੋਟਾਂ ਪਾ ਕੇ ਹਾਲੇ ਕਿ ਅਸੀਂ ਆਵਾਜ਼ ਵੀ ਪਹਿਲਾਂ ਚੁੱਕੀ ਆ ਜਿਹੜਾ ਵੀ ਸਾਡੇ ਕੋਲ MLA ਆਉਂਦਾ ਸੀਗਾ ਉਹਨੂੰ ਇਹ ਗੱਲ ਕਹੀ ਸੀ ਔਰ ਕਹਿੰਦੇ ਇਹ ਤੁਹਾਡੀ ਗੱਲ ਅਸੀਂ ਅੱਗੇ ਪਹੁੰਚਾਵਾਂਗੇ ਸਾਡੀ ਕਿਸੇ ਨੇ ਗੱਲ ਨਹੀਂ ਕੋਈ ਵੀ ਅੱਗੇ ਪਹੁੰਚਾਈ ਜੌਬ ਕਿੰਨਾ ਕੁ ਖਤਰਨਾਕ ਹੈ ਕਿਉਂਕਿ ਇੱਕ ਸੁਰੱਖਿਆ ਕਰਮੀ ਹੋਣਾ ਕਿਸੇ ਵੀ ਦੁਕਾਨ 'ਤੇ ਹੋਵੇ ਜਾਂ ਕੋਈ ਅਦਾਰਾ ਹੋਵੇ ਜਾਂ ਕੋਈ ਸ਼ੋਰੂਮ ਹੋਵੇ ਕਿਉਂਕਿ ਸਭ ਤੋਂ ਪਹਿਲੇ ਗੱਲ ਸੁਰੱਖਿਆ ਗਾਰਡ 'ਤੇ ਆ ਕੇ ਆਉਂਦੀ ਸੁਰੱਖਿਆ ਜੀ ਵੇਖ ਲਓ ਤੁਹਾਨੂੰ ਪਤਾ ਹੀ ਆ ਕਿ ਅਸੀਂ 10-10 ਰਾਊਂਡ ਜਿਹੜੇ ਆ ਗੰਨਾਂ ਨੂੰ ਲੋਡ ਕਰਕੇ ਜਿਉਂ ਸਵੇਰੇ 7 ਵਜੇ ਤੋਂ 8 ਵਜੇ ਤੋਂ ਆਉਂਦੇ ਅਤੇ ਰਾਤ ਦੇ 7-8 ਵਜੇ ਤੱਕ ਅਸੀਂ ਗੰਨਾਂ ਲੋਡ ਕਰਕੇ ਰੱਖ ਕੇ ਅਤੇ ਆਪਣੀ ਜਾਨ ਤਲੀ 'ਤੇ ਰੱਖ ਕੇ ਜਿਹੜੀ ਡਿਊਟੀ ਕਰਦੇ ਹਾਂ ਔਰ ਜਦੋਂ ਅਸੀਂ ਘਰ ਨੂੰ ਜਾਣਾ ਵਾ ਉਦੋਂ ਆਪਣੀਆਂ ਗੰਨਾਂ ਵਲੇਟ ਕੇ ਕੋਈ ਸਾਨੂੰ ਇਹ ਬੈਨੀਫਿਟ ਨਹੀਂ ਹੈ ਕਿ ਉਹ ਬੈਂਕ ਜਿਹੜਾ ਵਾ ਆਪਣੇ ਕੋਲ ਰੱਖ ਲਏ ਜਾਂ ਕੋਈ ਮਾਹੌਲ ਦੇ ਵਿੱਚ ਜਿੱਥੇ ਲੱਗੇ ਹਾਂ ਕੋਈ ਵੱਖਰੀ ਸਾਨੂੰ ਲੋਕਰ ਦੇਵੇ ਕੋਈ ਇਹੋ ਜਿਹਾ ਮਸਲਾ ਨਹੀਂਗਾ ਅਤੇ ਸਾਨੂੰ ਡਰ ਹੀ ਡਰ ਆ 24 ਘੰਟੇ ਡਰ ਆ ਪਰ ਅਸੀਂ ਕਰੀਏ ਕੀ ਸਾਡੇ ਵੀ ਬੱਚੇ ਆ ਅਸੀਂ ਵੀ ਖਾਣਾ ਹੁੰਦਾ ਬੱਚਿਆਂ ਨੂੰ ਵੀ ਕਰਨਾ ਤੁਹਾਨੂੰ ਪਤਾ ਕਰੋਨਾ ਕਾਲ ਨਿਕਲਿਆ ਵਾ ਹੁਣ ਜਿੱਥੇ ਜਿੱਥੇ ਬੰਦੇ ਐਡਜਸਟ ਹੋਏ ਆ ਉੱਥੇ ਉੱਥੇ ਅਤੇ ਕੰਪਨੀਆਂ ਇਹਦਾ ਗਲਤ ਫਾਇਦਾ ਚੁੱਕ ਰਹੀਆਂ ਵਾ ਚੈਲੰਜਿੰਗ ਕਿੰਨੀ ਹੈ ਜੌਬ ਤੁਹਾਡੀ ਜੌਬ ਕਿੰਨੀ ਚੈਲੰਜੇਬਲ ਹੈ ਬਹੁਤ ਜ਼ਿਆਦਾ ਸਰ ਚੈਲੰਜ ਆ ਤੁਹਾਨੂੰ ਪਤਾ ਹੀ ਹੈ ਤੁਸੀਂ ਵੇਂਦੇ ਹੋ ਟੀਮਾਂ ਦੇ ਉੱਤੇ ਕਿੰਨਾ ਜਿਹੜਾ ਲੁੱਟ ਖੋਹ ਦਾ ਮਸਲਾ ਕਿੰਨਾ ਚੱਲ ਰਿਹਾ ਸਭ ਤੋਂ ਪਹਿਲਾਂ ਟਾਰਗੇਟ ਜਿਹੜਾ ਆਣ ਕੇ ਬੰਦਾ ਉਹ ਕਰਦਾ ਵਾ ਸਿਕਿਉਰਿਟੀ ਗਾਰਡ ਨੂੰ ਕਰਦਾ ਗਨਮੈਨ ਨੂੰ ਕਰਦਾ ਫਿਰ ਉਹ ਅੱਗੇ ਜਾਂਦਾ ਤੇ ਜਦੋਂ ਅਸੀਂ ਸਾਹਮਣੇ ਬੈਠੇ ਹਾਂ ਬਾਹਰ ਬੈਠੇ ਹਾਂ ਸਾਡੀ ਕੋਈ ਸੁਰੱਖਿਆ ਨਹੀਂ ਆ ਦੇਖੋ ਇੱਕ ਉੱਥੇ ਹੁਣ ਲੁਧਿਆਣੇ ਦੇ ਵਿੱਚ ਜੂਲਰ ਦੇ ਵਿੱਚ ਗੱਲ ਹੋਈ ਸੀ ਉਹਨੇ ਇੱਕ ਬੰਦਾ ਵੀ ਮਾਰ ਦਿੱਤਾ ਸੀ ਜਿਹੜਾ ਕ੍ਰਾਈਮ ਉਹ ਬੰਦਾ ਇਸ ਟਾਈਮ ਰਕਸ਼ਾ ਚਲਾ ਰਿਹਾ
उसकी गंध जी जमा होगी रक्षा चला रहा दसो कसूर की आ फिर भी मथौड कंपनी वाले जिहड़े उन्होंने बेचारे आप बनती जी तनखाह वा 7-8 हज़ार दे रहे तो माड़ा मोड़ का घर का काम चल रहा अं सरकार यो बेनती करते हैं कि इन मंगा साड़ियाँ जी ध्यान करो हूँ सरकार जी नवे नवे रूप लैके नवे नवे बंद कॉन्टैक्ट दे के अपन के तो उन्होंने लंच कर रही हूँ कल ही मेरा ख्याल आ कि पेपर के पढ़िया मैं कल फिर सिक्योरिटी गार्डा की भर्ती है बटाले के उन्होंने जी पेमेंट आ सिक्योरिटी गार्ड की 13,000 से 15,000 दसी आ उन्होंने 15,000 13 वाले बाद कर लो पहले मेरी बेनती है कि जेडे आ बेचारे के कोई 10 साल तो कोई 15 साल तो कोई 6 साल तो 5 साल तो कर रहे हैं इन्हों की तो तनखा पूरी कर लो पता नहीं सरकार क्यों नहीं अगे आन के कंपनियां जिहड़ियां इन्हां दे उत्ते सकंजा कसदी ते जिहड़ा बनदा सानू साडा हक है जिहड़ा दिंदी क्योंकि तां होर वीरां नाल भी गल करांगे वीर जी की कहना चाहुंदे हो तुसीं की है जी दिक्कत सर अं यो कहना चाहते हैं कि साड़ियाँ तनखावं घट आ ड्यूटी छुट्टी कोई नहीं आ 30-30 31 दिन लगते हैं सानू भी कोई रेस्ट का टाइम नहीं मिलता 12 घंटे ड्यूटी करके तो रात को सौ के फिर इस तरह किराए दे रहे रहे हिसाब जी सा किराए वाला हिसाब जी अब बहुत ज़्यादा पैसे पैसे कंपनियां देंदियां नहीं जी जो वो पिछों कुछ आता ना तो अगों सू 8,82-85 रुपया सैलरिया दे रही सारिया तो बाकी सारिया कंपनियां खाई दी कंपनियां भी कोई खास नहीं है आम जिहड़ा मर्जी ठेकेदार बनया वा ओह कंपनी ठेका लै लैंदा चलो जी अगों कोई फील्ड अफसर बनया फील्ड अफसर तो सिक्योरिटी का वो लै लैंदा लसेंस लै लैंदा जां कोई सुपरवाइजर है वो अपना लसेंस लै के वो अगे सिक्योरिटी शुरू कर दिंदा सुरक्षा गार्ड जिहड़े तुहाडे इस किते नाल रिलेटेड हैगे ने साडे बहुत ज्यादा है जी साडे ग्रुप दे विच ही कोई 200-250 बंदा जिहड़ा सिक्योरिटी दे विच हुण कोई बंदे ड्यूटियां ते गए या कुछ अपने सुते जिहड़ा ने रात नूं फिर ड्यूटी ते जाणा वा इक आ के साडे बंदे इकट्ठे नहीं हो सकदे क्योंकि कोई कोई ड्यूटी ते जा रहा कोई आ रहा वा ते मुश्किल हो गई है जी भाई साहब तुसीं लोकां नूं सुरक्षा दिंदे हो लेकिन तुसीं आप ही सुरक्षित नहीं हो सर अपना बैंक च ड्यूटी करदा मैं यस बैंक ड्यूटी करदा मैं साडी कंपनी CISB कंपनी आ सर मैनूं 9 साल हो गए ड्यूटी करदे उत्थे तो अज तक उन्होंने तनखाह हड़ी पहले 9,000 ही और हुण कट कटा के उन्हें फिर 8,200 करती आ जिहड़ा पिछों कंटैक्ट साडा उन्हां दा उन्ना ही आ पर सानू कोई उच ना अज तक उन्होंने सैलरी सिलिप इशू की आ ना साडा कोई मंग हड़ी वधाई हड़ी कोई तनखाह तनखूह वधाई आ सर आप 8,200 तनखाह दे सर 9 साल तनखाह ड्यूटी करते हो आप हाँ जी हाँ जी हाँ जी सर साढ़े जे हक सू दिते जान साड़ी जी अपनी इन्नी मेहनत करते हैं कल अपना कोई भी लड़ाई झगड़ा बैंक च हों उन्हों सारा आप हैंडल करते हैं तो आप चाहते हैं कि वह अपने जो भी अपनी साड़ी मेहनत आ साड़ी मेहनत सू मिले जिदा कह रहे हो डीसी रेट की तुम गल की सरकारी डीसी रेट तो क्यों नहीं इंप्लीमेंटेशन हो रही क्या 18,000 से 30,000 रेट तुम आपे दस रहे हो तो वे कंपनियां क्यों नहीं आदि कंपनियां तो सर तुम्हें भी पता है सीधा ही दिखाई दे रहा अपन के जड़िया कंपनियां आदियां वा डीसी के नाल जां होर किसे बंदे दे नाल मेन दे नाल कॉन्टैक्ट करके पहली गल तो जे अज इन की जांच की जाए तो तकरीबन 100 दे विचों 50 इहो जिहियां कंपनियां होणगियां जिन्हां कोल लाइसेंस ही है नहीं गे बिल्कुल ही लाइसेंस है नहीं गे और बंदे इस तरह ही किसी ना किसी को अपना 4 बंदे इकट्ठे किए 5 बंदे इकट्ठे करके तो अपनी खोल के तो बैठ जाते हैं जिस तरह मान लो सपोज हूँ मैं ही हाँ सारे बंदे अगे करके लै गया तो मैंने पता कितने कितने बंद की रिक्वायरमेंट होंगी है तो उत्थे अपने को सिक्योरिटी गार्ड की एडमिट सर फैक्ट्री के एक एक फैक्ट्री के 4-4 5-5 बंदे गनमैन जे सिक्योरिटी गार्ड लगे हुए हर बैंक के 3-3 बंदे है तुम्हें पता हॉस्पिटलों के हर जगह पर जाने के जे अज कही आप सिक्योरिटी गार्डा तो बिना कोई मसला किसी का हल नहीं गा क्योंकि छड़ के चले जाते पर सानू जिंदगी के मसले नहीं पूरे हो सर आ जाती है कि जिहड़ा मकान बनाने वाला कोई पुछदा नहीं गा तो मकान दे जिहड़े बह जाते आण के अपनी मनमर्जियां करते हैं तो ये जिहड़ा वा असीं एक रिक्वेस्ट करते हैं कि सरकार अगे तुहाडे माध्यम राहीं भी इन्हां दा थोड़ा सोचना चाहिए इन्हां नूं जिन्ने मेरे वीर इन्हां नूं पुछ के वेख लो तकरीबन इन्हां दे विचों अद्धे बंदे आ जिन्हां नूं ये नहीं गा पता कि साडियां पे स्लिपां कदों दी आईआं कोई नहीं दिंदा एग्रीमेंट ते वीर ने वीर जी की कहना चाहुंदे मैं सर इहो कहना चाहुंदा कि मैं भी सिक्योरिटी गार्ड दी ड्यूटी करदा वां तनखाह तो पिछों आती तो ज्यादा है पर अगे आके घट जाती है अगे आके मान लो जो सू 9,000 भी देंगे तो पिछों उन्होंने 12-13 हैगी है चलो कट थोड़े कट्टने ही मैं पैसे अपने हिसाब से कट लेने इन्हें पैसे ना कट्ट क्योंकि 8-9 हज़ार किसी का गुजारा तो होना नहीं तुहानू सांझी कर रहे पूरे परिवार दियां ने ते अज पूरे सिक्योरिटी गार्ड इत्थे इकट्ठे होए ने तां मसला यह है इन्हां दा कि 18,000 रुपये तो लैके 30,000 रुपये तकन इन्हां नूं जिहड़ा डीसी रेट दे उत्ते जिहड़ा है एक रेट मुकर्रर किया गया है लेकिन 8-9 हज़ार तो लैके 10-12 हज़ार तकन इन्हां नूं तनखावां मिल रही तो लोगों सुरक्षा देने वाले सिक्योरिटी गार्ड अज खुद ही सुरक्षित नज़र नहीं आ रहे तो उन्हां दा कहना है कि असी
कुछ ज़्यादा नहीं मंगते असं, ठीक है सारे सारे शहर में सारे वड्डे वड्डे ऑफिसेज़ में सुरक्षा देने हाँ, लेकिन जिहड़े साडे बंदे हक ने असीं कोई सरकारी नौकरी नहीं मंग रहे, असीं कोई इस तरह का कर नहीं रहे, प्रदर्शन नहीं कर रहे, असीं मैं जिहा कह रहे हैं कि जिहड़ी सरकार ने एक मिनीमम जिहड़ी मुल्य तैनात किया है, जिहड़ी मिनीमम सैलरी जिहड़ी है ग्रांट की हुई है, वह सैलरी सानूं मिले जिहदे नाल कि असीं अपना काम बखूबी कर सकीए, तो जिहड़ा साडा सुरक्षा का जिम्मा है उसनूं होर चंगे तरीके नाल निभा सकीए, ताकि जिहड़ा है असी सुरक्षा लोगों दे सकी। लेकिन सीधी गल सामने आई है कि लोगों सुरक्षा देने वाले सिक्योरिटी गार्ड खुद ही अपनी सुरक्षा करते नज़र नहीं आ रहे, तो घरेलू मसलों लैके तो आर्थिक मसलों लैके कितना कित अपनी नौकरी के थले बौने नज़र आ रहे हैं। सुमित खन्ना, ग्रेट पंजाब टीवी, अमृतसर।